ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਬਾਬਾ ਜੀ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਬਾਬਾ ਪ੍ਰੇਮ ਸ਼ਾਹ ਜੀ ਹੈ ਜੀ। ਅਤੇ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ 'ਤੇ ਕਿਰਪਾ ਕਰਨ, ਮਿਹਰ ਕਰਨ, ਇਹ ਠੀਕ ਹੋ ਜਾਣ ਜੀ। ਇਹ ਬਾਬਾ ਜੀ ਨੂੰ ਅਸੀਂ ਦੁਬਾਰਾ ਤੁਹਾਡੇ ਰੂਬਰੂ ਕਰਾ ਰਹੇ ਹਾਂ। ਇਹ ਬਾਬਾ ਜੀ 16 ਤਰੀਕ ਨੂੰ ਐਡਮਿਟ ਕਰਵਾਇਆ ਸੀ ਅਸੀਂ ਇਹਨਾਂ ਦੀ ਹੋਸਪਿਟਲ ਦੇ ਵਿੱਚ, ਅਤੇ ਬੜੀ ਮਾੜੀ ਹਾਲਤ ਦੇ ਵਿੱਚ ਸੀਗੇ ਬਾਬਾ ਜੀ। ਟੈਕਨੀਸ਼ੀਅਨ ਜਦੋਂ ਸਾਡੇ ਕੋਲ ਆਏ ਸੀ 6 ਮਹੀਨੇ ਪਹਿਲਾਂ ਸੋਰੀ, ਤਾਂ ਉਦੋਂ ਬਾਬਾ ਜੀ ਦੀ ਲੱਤ ਟੁੱਟੀ ਹੋਈ ਸੀਗੀ, ਅਤੇ ਬੜੀ ਮਾੜੀ ਕੰਡੀਸ਼ਨ ਦੇ ਵਿੱਚ ਬਾਬਾ ਜੀ ਉੱਥੇ ਸਮਰਾਲਾ ਚੌਂਕ ਦੇ ਵਿੱਚ ਪਏ ਸੀਗੇ ਜੀ। ਅਤੇ ਉੱਥੋਂ ਸੱਚੇ ਪਾਤਸ਼ਾਹ ਦੀ ਮਿਹਰ ਨਾਲ, ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਬਾਬਾ ਜੀ ਨੂੰ ਚੱਕ ਕੇ ਲੈ ਕੇ ਆਈ ਸੀ ਸਾਡੀ ਟੀਮ, ਅਤੇ ਸਾਡੇ ਪੁਰਾਣੇ ਜਾਣਕਾਰ ਆ ਮਿੱਤਰ ਉਹ ਛੱਡ ਕੇ ਗਏ ਸੀ ਬਾਬਾ ਜੀ ਨੂੰ। ਅਤੇ ਉਹਨਾਂ ਦਾ, ਬਾਬਾ ਜੀ ਦਾ ਇਲਾਜ ਸਾਡੀ ਟੀਮ ਵੱਲੋਂ ਕਰਵਾਇਆ ਜਾ ਰਿਹਾ ਸੀ। ਲੱਤ ਦਾ ਪਲਸਤਰ ਹੋਇਆ ਸੀ ਉਸ ਟਾਈਮ, ਅਤੇ ਉਹਦੇ ਨਾਲ ਕੁਛ ਠੀਕ ਵੀ ਹੋ ਗਏ। ਲੱਤ ਦਾ ਪਲਸਤਰ ਠੀਕ ਹੋਣ ਤੋਂ ਬਾਅਦ ਬਾਬਾ ਜੀ ਵਧੀਆ ਠੀਕ ਹੋ ਗਏ ਸੀਗੇ। ਤੁਸੀਂ ਦੇਖ ਸਕਦੇ ਹੋ ਆਹ ਹਾਲਾਤ ਸੀ ਬਾਬਾ ਜੀ ਦੀ ਲੱਤ ਦੇ ਉਸ ਟਾਈਮ। ਅਤੇ ਬਾਬਾ ਜੀ ਨੂੰ ਉਸ ਟਾਈਮ ਅਸੀਂ ਜਦ ਲਿਆ ਕੇ ਉੱਥੋਂ ਚੱਕ ਕੇ ਐਡਮਿਟ ਕਰਵਾਇਆ ਸੀ, ਇਸ ਤਰੀਕੇ ਨਾਲ ਲੱਤ ਟੁੱਟੀ ਹੋਈ ਸੀ ਬਾਬਾ ਜੀ ਦੀ। ਅਤੇ ਬੜੀ ਮਾੜੀ ਹਾਲਤ ਸੀ ਬਾਬਾ ਜੀ ਦੀ ਉਸ ਟਾਈਮ। ਸਮਰਾਲਾ ਚੌਂਕ ਸਾਡੇ ਲੁਧਿਆਣੇ ਸ਼ਹਿਰ ਦੇ ਵਿੱਚ ਮੇਨ ਚੌਂਕ ਆ ਜੀ, ਉੱਥੇ ਬਾਬਾ ਜੀ ਪਏ ਸੀਗੇ। ਉੱਥੋਂ ਅਸੀਂ ਲੈ ਕੇ ਆਏ ਸੀਗੇ, ਉੱਥੋਂ ਤੁਹਾਨੂੰ ਪੋਸਟਾਂ ਦਿਖਾਉਣਾ ਕਿਸ ਹਾਲਤ 'ਚ ਪਏ ਸੀ ਬਾਬਾ ਜੀ ਉੱਥੇ ਚੌਂਕ ਦੇ ਵਿੱਚ। ਆਸ ਹਾਲਤ ਦੇ ਵਿੱਚ ਬਾਬਾ ਜੀ ਉੱਥੇ ਪਏ ਸੀ ਉਸ ਟਾਈਮ ਜੀ, ਚੌਂਕ ਦੀਆਂ ਉਸਦੀਆਂ ਫੋਟੋਆਂ ਜਿੱਥੇ ਬਾਬਾ ਜੀ ਪਏ ਸੀ। ਲੜਕਾ ਮਨਦੀਪ ਆ ਜੀ, ਇਹ ਸਾਨੂੰ ਕਾਫੀ ਫੋਨ ਕਰਦਾ ਹੁੰਦਾ ਸੀ ਬਾਬਾ ਜੀ ਉੱਥੇ ਚੌਂਕ ਜਦੋਂ ਪਏ ਸੀ ਇਸ ਹਾਲਤ 'ਚ, ਤਾਂ ਇਹਨੇ ਸਾਨੂੰ ਜਾਣਕਾਰੀ ਦਿੱਤੀ ਸੀ ਬਾਬਾ ਜੀ ਬਾਰੇ। ਉੱਥੇ ਬਾਬਾ ਜੀ ਪਏ ਬੜੀ ਮਾੜੀ ਹਾਲਤ ਦੇ ਵਿੱਚ, ਅਤੇ ਉੱਥੋਂ ਫਿਰ ਬਾਬਾ ਜੀ ਨੂੰ ਲੈ ਕੇ ਆਏ ਸੀਗੇ ਜੀ ਚੱਕ ਕੇ। ਸੱਚੇ ਪਾਤਸ਼ਾਹ ਦੀ ਮਿਹਰ ਨਾਲ ਬਾਬਾ ਜੀ ਦਾ ਇਲਾਜ ਦੇਵਕ ਹਸਪਤਾਲ ਵਿੱਚ ਅਸੀਂ ਸ਼ੁਰੂ ਕਰਵਾਇਆ ਸੀ। ਬਾਬਾ ਜੀ ਦੀ ਲੱਤ ਦਾ ਪਲਸਤਰ ਲੱਗ ਗਿਆ, ਡਾਕਟਰ ਅਮਨ ਸਿੰਗਲਾ ਨੇ ਅਪਡੇਟ ਕੀਤਾ ਸੀ ਬਾਬਾ ਜੀ ਨੂੰ। ਅਤੇ ਹੁਣ ਤੁਸੀਂ ਦੇਖ ਸਕਦੇ ਸਾਡੀਆਂ ਫੋਟੋਆਂ, ਇਹ ਪਿਛਲੇ 1 ਮਹੀਨੇ ਦੀਆਂ ਫੋਟੋਆਂ ਵਾ। ਅਤੇ ਬਾਬਾ ਜੀ ਜਦੋਂ ਥੋੜ੍ਹਾ ਬਹੁਤਾ ਬਿਮਾਰ ਹੁੰਦੇ ਸੀ ਲੈ ਕੇ ਆਉਂਦੇ ਸੀ, ਫਿਰ ਬਾਬਾ ਜੀ ਠੀਕ ਹੁੰਦੇ ਸੀ। ਅਤੇ ਇਸ ਵਾਰ ਤਾਂ ਬਾਬਾ ਜੀ, ਆਹ ਬਾਬਾ ਜੀ ਦੀਆਂ ਪੁਰਾਣੀਆਂ ਫੋਟੋਆਂ ਵਾ ਜੀ, ਸਾਨੂੰ ਇਹਨਾਂ ਨੇ ਪਰਿਵਾਰਕ ਮੈਂਬਰਾਂ ਨੇ ਦਿੱਤੀਆਂ। ਇਹਨਾਂ ਦਾ ਪਰਿਵਾਰ ਦੇ ਵਿੱਚੋਂ ਇਹਨਾਂ ਦੇ ਭਾਬੀ ਸਾਨੂੰ ਮਿਲੇ ਆ, ਅਤੇ ਉਹਨਾਂ ਦਾ ਸਾਨੂੰ ਨੰਬਰ ਮਿਲ ਗਿਆ ਸੀ, ਅਸੀਂ ਉਹਨਾਂ ਨੂੰ ਬੁਲਾਇਆ ਸੀ, ਮਿਲ ਕੇ ਵੀ ਗਏ ਆ ਉਹ ਇਹਨਾਂ ਨੂੰ। ਵੀਰਾਂ ਅਤੇ ਭੈਣਾਂ ਨੂੰ ਇਹ ਅਰਦਾਸ ਕਰਦੇ ਹਾਂ, ਸਾਡੀ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਖਾਤਰ ਅਰਦਾਸ ਕਰੋ ਕਿ ਬਾਬਾ ਜੀ ਪਿਛਲੇ 15 ਦਿਨਾਂ ਤੋਂ ਦੀਪਕ ਹਸਪਤਾਲ ਦੇ ਵਿੱਚ ਆਈ ਸੀ ਯੂ 'ਚ ਪਏ ਨੇ, ਵੈਂਟੀਲੇਟਰ 'ਤੇ ਆ। ਇੱਕ ਦਿਨ ਲਈ ਵੈਂਟੀਲੇਟਰ ਤੋਂ ਉਤਾਰ ਕੇ ਦੇਖਿਆ ਸੀ ਬਾਬਾ ਜੀ ਨੂੰ, ਤਾਂ ਪਰ ਇਹਨਾਂ ਨੇ ਬੈਕਅਪ ਇਹਨਾਂ ਦੇ ਸਰੀਰ ਨੇ ਚੱਕਿਆ ਨਹੀਂ, ਇਹਨਾਂ ਦੀ ਹਾਲਤ ਠੀਕ ਨਹੀਂ ਹੋ ਸਕਿਆ, ਸੁਧਾਰ ਕਾਫੀ ਜ਼ਿਆਦਾ ਖਰਾਬ ਹੋ ਗਈ ਸੀ ਦੁਬਾਰਾ ਫਿਰ। ਡਾਕਟਰਾਂ ਨੇ ਦੁਬਾਰਾ ਵੈਂਟੀਲੇਟਰ ਦੇ ਉੱਪਰ ਹੀ ਇਹਨਾਂ ਨੂੰ ਕਰਿਆ ਹੋਇਆ ਵਾ, ਦੇਖ ਸਕਦੇ ਸਾਡੀ ਸੰਸਥਾ ਨੂੰ, ਸਾਡੀ ਟੀਮ ਨੂੰ ਸੇਵਾ ਲਾਈ ਅਸੀਂ ਨਿਭਾ ਰਹੇ ਹਾਂ ਜੀ। ਅਸੀਂ ਬੇਨਤੀ ਕਰਦੇ ਹਾਂ ਵੀਰਾਂ ਅਤੇ ਭੈਣਾਂ ਨੂੰ ਸਾਰਿਆਂ ਨੂੰ ਵੀ ਬਾਬਾ ਜੀ ਤੋਂ ਠੀਕ ਹੋਣ ਦੇ ਵਿੱਚ ਸਾਰਿਆਂ ਦੇ ਦੁਆਵਾਂ ਹੀ ਕੰਮ ਆ ਸਕਦੇ ਹਾਂ, ਕਿਉਂਕਿ ਡਾਕਟਰਾਂ ਨੇ ਸਾਨੂੰ ਜਵਾਬ ਦਿੱਤਾ ਹੁਣ ਵੀ ਇਹ ਬਾਬਾ ਜੀ ਦੀ ਕੰਡੀਸ਼ਨ ਠੀਕ ਨਹੀਂ ਹੋ ਰਹੀ, ਹੋਰ ਡਾਊਨ ਹੋ ਰਹੀ ਆ, ਅਤੇ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹਾਲਤ ਦੇ ਵਿੱਚ ਆ ਬਾਬਾ ਜੀ ਇਸ ਟਾਈਮ। ਤੁਸੀਂ ਦੇਖੋ ਫੀਸ ਬਾਬਾ ਜੀ ਦੀ ਹਾਲਾਤ, ਕਿਉਂਕਿ ਇਹਨਾਂ ਨੂੰ ਕੋਈ ਬ੍ਰੇਨ ਅਟੈਕ ਆ ਗਿਆ ਵਾ, ਕਿਉਂਕਿ ਪਹਿਲਾਂ ਵੀਕ ਬਹੁਤ ਸੀਗੇ, ਐਡੀ ਮਾੜੀ ਹਾਲਤ ਦੇ ਵਿੱਚ ਬਾਬਾ ਜੀ ਪਏ ਸੀ। ਕੁਛ ਏਜ ਇਹਨਾਂ ਦੀ ਹੁਣ ਇਸ ਟਾਈਮ 90 ਸਾਲ ਦੇ ਗੇੜ ਏਜ ਆ ਜੀ ਇਹਨਾਂ ਦੀ, ਏਜ ਦਾ ਇਫੈਕਟ ਹੋ ਜਾਂਦਾ। ਟੀਬੀ ਸੀ ਬਾਬਾ ਜੀ, ਕਾਫੀ ਚੈਸਟ ਦੀ ਕਾਫੀ ਭਿਆਨਕ ਬਿਮਾਰੀ ਆ ਟੀਬੀ ਦੀ, ਕਾਫੀ ਸਾਲਾਂ ਤੋਂ ਪੁਰਾਣੀ ਹੈਗੀ ਆ। ਅਤੇ ਪੇਟ ਦੀਆਂ ਦੇਖੋ, ਆਪ ਤੁਸੀਂ ਦੇਖ ਸਕਦੇ ਹੋ ਸੋਜਿਸ਼ ਆਈ ਹੋਈ ਆ ਪੇਟ ਦੇ ਵਿੱਚ ਵੀ, ਚੈਸਟ ਦੇ ਵਿੱਚ ਵੀ, ਅਤੇ ਉਹਦਾ ਟ੍ਰੀਟਮੈਂਟ ਅਲੱਗ ਤੋਂ ਚੱਲ ਰਿਹਾ ਵਾ। ਬਾਬਾ ਜੀ ਦਾ ਸਾਡਾ ਕਾਫੀ ਲਗਾਵ ਹੋ ਗਿਆ, ਕਿਉਂਕਿ ਪਿਛਲੇ 3-4 ਮਹੀਨਿਆਂ ਤੋਂ ਬਾਬਾ ਪ੍ਰੇਮ ਸਿੰਘ ਜੀ ਸਾਡੇ ਕੋਲ ਰਹਿੰਦੇ ਸੀਗੇ,
ਸਾਡਾ ਨੰਬਰ ਜਿਵੇਂ 97 810 3